ਏਵਨ ਪੰਜਾਬੀ ਟੀ ਵੀ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਖਰੀਆਂ ਖਰੀਆਂ। ਨਵਜੋਤ ਸਿੰਘ ਸਿੱਧੂ ਤੋਂ ਗਏ, ਨਵਜੋਤ ਸਿੰਘ ਸਿੱਧੂ ਦੇ ਉੱਪਰ ਅਨਿਲ ਜੋਸ਼ੀ ਨੇ ਬਹੁਤ ਵੱਡੇ ਗੰਭੀਰ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਫਰਾਡ ਮੰਤਰੀ ਹੈ। ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਕੀਤਾ ਧੋਖਾ, ਔਰ ਕਿਤੇ ਸਟੇਡੀਅਮ ਦੀ ਗੱਲ ਕਰਕੇ, ਕਿਤੇ ਹਾਕੀ ਦੀ ਗਰਾਊਂਡ ਦੀ ਗੱਲ ਕਰਕੇ, ਕਿਤੇ ਸਵੀਮਿੰਗ ਪੂਲ ਦੀ ਗੱਲ ਕਰਕੇ ਵਗੈਰਾ ਵਗੈਰਾ ਲੋਕਾਂ ਨੂੰ ਗੁੰਮਰਾਹ ਕੀਤਾ। ਮਤਲਬ ਸਾਡੇ ਕੀਤੇ ਹੋਏ ਕੰਮ ਵੀ ਨਵਜੋਤ ਸਿੰਘ ਸਿੱਧੂ ਨੇ ਖਤਮ ਕਰ ਦਿੱਤੇ ਆ। ਨਵਜੋਤ ਸਿੰਘ ਸਿੱਧੂ ਦਾ ਸ਼ੋਅ ਵਿੱਚ ਹੱਥ 'ਤੇ ਹੱਥ ਮਾਰ ਕੇ ਨੱਚ ਸਕਦਾ, ਤਾੜੀਆਂ ਵਜਾ ਸਕਦਾ, ਗਾ ਸਕਦਾ, ਔਰ ਪੰਜਾਬ ਦੇ ਭਲੇ ਲਈ ਉਹਦੇ ਕੋਲ ਕੋਈ ਵੀ ਗੱਲਬਾਤ ਨਹੀਂ ਹੈ। ਅਨਿਲ ਜੋਸ਼ੀ ਦੁਆਰਾ ਨਵਜੋਤ ਸਿੰਘ ਸਿੱਧੂ ਤੇ ਕੀਤੇ ਹੋਏ ਸ਼ਬਦੀ ਹਮਲੇ ਤੁਸੀਂ ਖੁਦ ਸੁਣ ਸਕਦੇ ਹੋ। ਮੈਨੂੰ ਬਹੁਤ ਸੁੰਦਰ ਇੱਥੇ ਸਟੇਡੀਅਮ ਨਜ਼ਰ ਆਊਗਾ ਤੇ ਇੱਥੇ ਮਲਟੀ ਸਪੋਰਟਸ ਹੋਣੀਆਂ ਸੀਗਾ, ਇੱਥੇ ਸਵਿਮਿੰਗ ਪੂਲ, ਹਾਕੀ ਦੀ ਗਰਾਊਂਡ, ਕ੍ਰਿਕਟ ਗਰਾਊਂਡ, ਬਹੁਤ ਕੁਛ ਸੁਪਨੇ ਇਹਨੇ ਵਿਖਾਏ ਸੀ। ਅਸੀਂ ਉਸ ਚੀਜ਼ ਨੂੰ ਜਿਹੜਾ ਕੋਸ਼ਿਸ਼ ਕੀਤੀ, ਪਰ ਇਹ ਤੇ ਕਹਿੰਦਾ ਸੀ ਮੇਰਾ ਪ੍ਰੋਜੈਕਟ ਫਲਾਨਾ ਨਹੀਂ ਕਰਨ ਦਾ, ਢੀਂਗੜਾ ਨਹੀਂ, ਜੋ ਅਸੀਂ ਬਣਾਇਆ ਬਰਬਾਦ ਕਰਤਾ, ਜੋ ਇਹਨੇ ਬਣਾਉਣਾ ਸੀ ਉੱਥੇ ਕੂੜੇ ਦੇ ਢੇਰ ਆ, ਉੱਥੇ ਕੂੜਾ ਸ਼ਿਫਟ ਹੁੰਦਾ ਤੇ ਕੂੜੇ ਵਾਲੀਆਂ ਗੱਡੀਆਂ ਇੱਥੇ ਲੱਗਦੀਆਂ। 7 ਮਹੀਨੇ ਤੋਂ ਇੱਕ ਮਾਲ ਰੋਡ ਦੇ ਉੱਤੇ ਟੋਆ ਪਿਆ ਵਾ ਤੇ ਉਹ ਇਹਨਾਂ ਕੋਲ ਪੂਰਿਆ ਨਹੀਂ ਗਿਆ, ਤੇ ਇਹ 2000 ਕਰੋੜ ਦੀਆਂ ਗੱਲਾਂ, 4000 ਕਰੋੜ ਦੀਆਂ ਗੱਲਾਂ, ਇਹਦਾ ਝੂਠ ਹੈ ਤੇ ਇੰਟਰਨੈਸ਼ਨਲ ਝੂਠਾ ਬੰਦਾ, ਇੰਟਰਨੈਸ਼ਨਲ ਫਰੋਡ ਮਿਨਿਸਟਰ ਆ, ਇਹਦਾ ਕੰਮ ਚੱਲੀ ਜਾਂਦਾ ਉੱਥੇ, ਸੀਟੀਆਂ ਮਾਰਦਾ ਉੱਥੇ, ਆਪਣਾ ਜਿਹੜਾ ਉਹਦਾ ਕਪਲ ਸ਼ੋਅ ਦੇ ਵਿੱਚ ਉੱਥੇ ਐਕਟਰਸਾਂ ਦੇ ਨਾਲ ਭੰਗੜੇ ਪਾਉਂਦਾ, ਇਹਨੂੰ ਕੀ ਲੋੜ ਹੈ ਲੋਕਾਂ ਦੇ ਇਹਨਾਂ ਵਿੱਚ ਆਉਣ ਦੀ, ਇਹਦੀ ਗੱਪ ਚੱਲਦੀ। ਯੋਸ਼ੀ ਸਾਹਿਬ, ਬਿਲਕੁਲ ਤੁਹਾਡੇ ਵੱਲੋਂ ਲਗਾਏ ਇਲਜ਼ਾਮ ਕਿੰਨੇ ਕੁ ਸੱਚੇ ਆ, ਕਿੰਨੇ ਕੁ ਝੂਠੇ ਆ, ਇਹ ਤਾਂ ਵਕਤ ਆਉਣ 'ਤੇ ਪਤਾ ਲੱਗੇਗਾ। ਪਰ ਜੇਕਰ ਅਨਿਲ ਜੋਸ਼ੀ ਜੀ, ਅਸੀਂ ਤੁਹਾਡੇ ਕੋਲ ਕੁਝ ਸਵਾਲ ਪੁੱਛੀਏ, ਤਾਂ ਸੱਤਾ ਤੋਂ ਪਹਿਲਾਂ ਤਾਂ ਮੋਦੀ ਸਾਹਿਬ ਨੇ ਵੀ 15-15 ਲੱਖ ਰੁਪਏ ਅਕਾਊਂਟ ਵਿੱਚ ਆਉਣ ਦਾ ਵਾਅਦਾ ਕੀਤਾ ਸੀ, ਉਹ ਸਾਰੇ ਵਾਅਦੇ ਖੋਖਲੇ। ਲੇਕਿਨ ਅੱਜ ਕੱਲ੍ਹ ਕਿਹਾ ਜਾਂਦਾ ਹੈ ਨਾ ਵੀ ਅੱਛੇ ਦਿਨ ਆਉਣ ਵਾਲੇ ਹੈ, ਲੇਕਿਨ ਅੱਛੇ ਦਿਨ ਅਨਿਲ ਜੋਸ਼ੀ ਜੀ ਕਿਹਨਾਂ ਦੇ ਆਏ ਨੇ? ਸਿਰਫ ਤਾਂ ਸਿਰਫ ਸ਼੍ਰੀ ਨਰਿੰਦਰ ਮੋਦੀ ਜੀ ਦੇ ਆਏ ਨੇ। ਆਵਾਮ ਤਾਂ ਵਿਚਾਰੀ ਉਸੇ ਤਰ੍ਹਾਂ ਹੀ ਹਰ ਰੋਜ਼ ਦਿਹਾੜੀ ਟੱਪਾ ਕਰਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਨੇ। ਅੱਛੇ ਦਿਨ ਤੁਹਾਡੇ ਵਰਗੇ ਮੰਤਰੀਆਂ 'ਤੇ ਆਉਂਦੇ ਹੈ, ਔਰ ਆਵਾਮ ਦੇ ਅੱਛੇ ਦਿਨ ਕਦੇ ਨਹੀਂ ਆ ਸਕਦੇ।